ਜਲੰਧਰ ਬੈਸਟ ਜਿਹੜੇ ਬਾਈ ਇਲੈਕਸ਼ਨ ਹੈਗੇ ਆ, 10 ਤਰੀਕ ਨੂੰ ਵੋਟਾਂ ਪੈਣੀਆਂ। ਸ਼ੀਤਲ ਨਿੰਗਰਾਲ ਜੀ ਇੱਥੋਂ BJP ਦੇ ਉਮੀਦਵਾਰ ਹੈਗੇ ਆ। ਅਟਵਾਲ ਸਾਹਿਬ ਆਏ ਨੇ, ਅਟਵਾਲ ਸਾਹਿਬ MLA ਰਹੇ ਨੇ ਔਰ ਸ਼ੀਤਲ ਨਿੰਗਰਾਲ ਜੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਇੱਥੇ ਜਲੰਧਰ ਵੈਸਟ ਵਿੱਚ ਆਏ ਹੋਏ ਨੇ। ਸਰ, ਕਿਸ ਤਰ੍ਹਾਂ ਦਾ ਪ੍ਰਚਾਰ ਦੇਖਣ ਨੂੰ ਮਿਲ ਰਿਹਾ ਜਾਂ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ? ਭਾਰਤੀ ਜਨਤਾ ਪਾਰਟੀ ਦਾ ਸਾਡਾ ਜਿਹੜਾ ਕਾਰਿਆਕਰਤਾ ਜਲੰਧਰ ਵੈਸਟ ਦਾ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਥੇ ਆਪਣੇ ਆਪ ਨੂੰ ਔਰਗਨਾਈਜ਼ ਕਰਕੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰ ਰਿਹਾ, ਲੋਕਾਂ ਦੀ ਕਚਹਿਰੀ 'ਚ ਜਾ ਰਿਹਾ ਕਿ ਆਮ ਪਾਰਟੀ ਦੀ ਜਿਹੜੀ ਸਰਕਾਰ ਆ, ਜਿਹੜੀ ਖਾਸ ਸਰਕਾਰ ਬਣ ਚੁੱਕੀ ਹੈ, ਉਹ ਲੋਕਾਂ ਦੇ ਨਾਲ ਕਿਵੇਂ ਧੱਕੇਸ਼ਾਹੀ ਕਰ ਰਹੀ ਹੈ ਅਤੇ ਲੋਕਾਂ ਦੇ ਨਾਲ ਡੇਢ ਦੋ ਸਾਲਾਂ ਜਿਹੜੇ ਉਹਨਾਂ ਨੇ ਧੋਖੇ ਕਰਕੇ ਸਰਕਾਰ ਬਣਾਈ ਸੀ ਅਤੇ ਜਿਹੜੇ ਉਹਨਾਂ ਨੇ ਕਾਰਨਾਮੇ ਕੀਤੇ ਉਹ ਲੋਕਾਂ ਦੇ ਵਿੱਚ ਜੱਗ ਜ਼ਾਹਰ ਹੋ ਚੁੱਕੇ ਆ। ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਕਿ ਅਸੀਂ ਪਹਿਲੇ ਹੀ 30 ਦਿਨਾਂ ਚਾਹ ਕਰ ਦਾਂਗੇ, 15 ਘੰਟਿਆਂ ਚਾਹ ਕਰ ਦਾਂਗੇ, 2 ਮਹੀਨਿਆਂ ਚਾਹ ਕਰ ਦਾਂਗੇ, ਉਹ ਕੰਮ ਜਿਹੜੇ ਨਹੀਂ ਹੋਏ, ਲੋਕਾਂ ਨੂੰ ਇੱਕ ਚੀਸ ਦੇ ਤੌਰ 'ਤੇ ਲੋਕਾਂ 'ਚ ਕੰਮ ਕਰਦੇ ਪਏ ਆ। ਜਲੰਧਰ ਵੈਸਟ ਦੇ ਲੋਕ ਜਿਹੜੇ ਹੈ, ਜਿਹੜੇ ਸਤਿਕਾਰਯੋਗ ਵੋਟਰ ਹੈ, ਜਿਹੜੇ ਉਹ ਭਾਰਤੀ ਜਨਤਾ ਪਾਰਟੀ ਨੂੰ ਪਹਿਲਾਂ ਵੀ ਮਾਣ ਸਨਮਾਨ ਅਤੇ ਸਤਿਕਾਰ ਹਮੇਸ਼ਾ ਦਿੰਦੇ ਰਹੇ ਹੈ ਅਤੇ ਇਸ ਹਲਕੇ ਤੋਂ ਜਿੰਨਾ ਕੁ ਮੈਂ ਇੱਥੇ ਵਿਚਰਦਾ, ਕਿਉਂਕਿ ਬਤੌਰ ਮੈਂਬਰ ਪਾਰਲੀਮੈਂਟ ਦੀ ਜਦੋਂ ਮੈਂ ਪਿਛਲੇ ਸਾਲ ਬਾਈ ਇਲੈਕਸ਼ਨ ਦੀ ਚੋਣ ਮੈਂ ਇੱਥੋਂ ਲੜੀ ਹੈ ਅਤੇ ਲੋਕਾਂ ਨੇ ਇੰਨਾ ਮਾਣ ਸਨਮਾਨ ਸਤਿਕਾਰ ਉਦੋਂ ਵੀ ਦਿੱਤਾ ਸੀ, ਉਦੋਂ ਵੀ ਅਸੀਂ ਇੱਥੋਂ ਤਕਰੀਬਨ ਜਿੱਤ ਕੇ ਗਏ ਹਾਂ, ਬਹੁਤ ਵੱਡੀ ਤਾਦਾਦ 'ਚ ਲੋਕਾਂ ਨੇ ਮਾਣ ਸਨਮਾਨ ਸਤਿਕਾਰ ਦਿੱਤਾ। ਆ ਜਿਹੜੀਆਂ ਹੁਣ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਬਹੁਤ ਵਧੀਆ ਇੱਥੇ ਸਹਿਯੋਗ ਲੋਕਾਂ ਵੱਲੋਂ ਮਿਲਿਆ। ਮੈਨੂੰ ਇਹ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਕਮਲ ਦਾ ਫੁੱਲ ਇੱਥੇ ਖਿਲੇਗਾ ਅਤੇ ਬਹੁਤ ਵਧੀਆ ਤਰੀਕੇ ਨਾਲ ਵੋਟਾਂ ਲੈ ਕੇ ਸ਼ੀਤਲ ਨਿੰਗਰਾਲ ਜੀ ਜਿੱਤਣਗੇ ਇੱਥੋਂ। ਸ਼ੀਤਲ ਜੀ ਨਾ ਪ੍ਰੈਜੈਂਟ ਗੌਰਮੈਂਟ ਦੇ ਉੱਤੇ ਬੜੇ ਭਾਰੀ ਇਲਜ਼ਾਮ ਲਗਾ ਰਹੇ ਸੀ, ਉਸ ਤੋਂ ਬਾਅਦ ਉਹਨਾਂ ਨੇ ਚੈਲੰਜ ਵੀ ਕੀਤਾ, ਮੁੱਖ ਮੰਤਰੀ ਸਾਹਿਬ ਨੂੰ ਪ੍ਰੈਸ ਕਾਨਫਰੰਸ ਵੀ ਕੀਤੀ, ਉਹਨਾਂ ਨੂੰ ਬੁਲਾਇਆ ਵੀ, ਹਾਲਾਂਕਿ ਉਹ ਨਹੀਂ ਆਏ। ਲਾਸਟ ਮੂਮੈਂਟ 'ਤੇ ਉਹਨਾਂ ਨੇ ਇੱਕ ਪੈਨ ਡਰਾਈਵ ਦਿਖਾਈ, ਪੈਨ ਡਰਾਈਵ ਦਿਖਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਜਿਹੜੀ ਪ੍ਰੈਜੈਂਟ ਗੌਰਮੈਂਟ ਆ, ਆਮ ਆਦਮੀ ਪਾਰਟੀ ਦੀ ਗੌਰਮੈਂਟ ਆ, ਭਗਵੰਤ ਮਾਨ ਸਾਹਿਬ ਜਿਨ੍ਹਾਂ ਦੇ ਮੁੱਖ ਮੰਤਰੀ ਆ, ਵੀ ਉਹਨਾਂ ਦੇ ਖਿਲਾਫ਼ ਮੇਰੇ ਕੋਲ ਸਬੂਤ ਹੈਗੇ ਆ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਹੁਣ ਇਹ ਗੱਲ ਇਹ ਕਰ ਰਹੀ ਆ ਵੀ ਜਦੋਂ ਸਬੂਤ ਸੀਗੇ ਉਸ ਟਾਈਮ ਮੀਡੀਆ ਤੁਹਾਡੇ ਸਾਹਮਣੇ ਸੀਗਾ ਤਾਂ ਉਹਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ, ਉਸ ਟਾਈਮ ਮੀਡੀਆ 'ਚ ਉਹ ਜਿਹੜੇ ਸਬੂਤ ਸੀਗੇ ਉਹ ਰਿਲੀਜ਼ ਕਿਉਂ ਨਹੀਂ ਕੀਤੇ ਗਏ? ਕਿਸੇ ਦੀ ਲਿਆਕਤ ਨੂੰ ਜਾਂ ਸ਼ਰਾਫਤ ਨੂੰ ਕਮਜ਼ੋਰੀ ਨਹੀਂ ਸਮਝ ਲੈਣਾ ਚਾਹੀਦਾ। ਪੰਜਾਬ ਦੀਆਂ ਤਕਰੀਬਨ ਸਾਰੀਆਂ ਹੀ ਜਿਹੜੀ ਮੁੱਖ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਲੋਕਾਂ 'ਚ ਵਿਚਰਦੀਆਂ ਨੇ, ਚਾਹੇ ਉਹ ਕਾਂਗਰਸ ਪਾਰਟੀ ਹੈ, ਚਾਹੇ ਉਹ ਭਾਰਤੀ ਜਨਤਾ ਪਾਰਟੀ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਬਹੁਤ ਬਾਖੂਬੀ ਵਧੀਆ ਤਰੀਕੇ ਦੇ ਨਾਲ ਤੱਥਾਂ ਦੇ ਆਧਾਰ 'ਤੇ ਇਹ ਗੱਲਾਂ ਨੂੰ ਬਾਹਰ ਲੋਕਾਂ ਦੀ ਕਚਹਿਰੀ 'ਚ ਲੈ ਕੇ ਆਉਂਦਾ। ਜਿਹੜੇ ਸਬੂਤ ਸ਼ੀਤਲ ਨਿੰਗਰਾਲ ਜੀ ਨੇ ਉਸ ਪੈਨ ਡਰਾਈਵ 'ਚ ਪਾ ਕੇ ਦਿੱਤੇ ਆ, ਉਹ ਕੁ ਬੋਲ ਕੇ ਦੱਸਣ ਵਾਲੇ ਤਾਂ ਹੈ ਨਹੀਂ ਸੀ, ਉਹ ਤਾਂ ਰੱਜ ਕੇ ਚੰਗੀ ਤਰ੍ਹਾਂ ਸੁਣਨ ਵਾਲੀਆਂ ਗੱਲਾਂ ਨੇ। ਜਿਸ ਵੀ ਕਿਸੇ ਵਿਅਕਤੀ ਨੂੰ ਜੇ ਕੋਈ ਸ਼ੱਕ ਹੈ ਅਤੇ ਜੇਕਰ ਉਹਨਾਂ ਨੂੰ ਆਪਣੇ ਆਪ 'ਤੇ ਇੰਨਾ ਕੁ ਗੁਮਾਨ ਸੀ, ਜੇ ਮਾਣਯੋਗ ਮੁੱਖ ਮੰਤਰੀ ਸਾਹਿਬ ਨਾਲ ਦੇ ਮੁਹੱਲੇ 'ਚ ਰਹਿ ਕੇ ਵੀ ਉਹ ਬਿਜ਼ੀ ਸਨ, ਤਾਂ ਆਪਣੇ ਕਿਸੇ ਸਤਿਕਾਰਯੋਗ ਮੰਤਰੀ ਸਾਹਿਬਾਨ ਨੂੰ ਭੇਜ ਸਕਦੇ ਸੀਗੇ, ਕਿਸੇ ਸਤਿਕਾਰਯੋਗ ਚੁਣੇ ਹੋਏ ਨੁਮਾਇੰਦੇ MLA 92 MLA ਇੱਥੇ ਬੈਠੇ ਆ ਕੈਂਪ ਆਫਿਸ ਬਣਾ ਕੇ, ਉਹਨਾਂ 'ਚੋਂ ਇੱਕ ਵੀ ਕੋਈ ਵੀ ਜਾ ਸਕਦਾ ਸੀ ਅਤੇ ਸ਼ੀਤਲ ਨਿੰਗਰਾਲ ਕੋਲੋਂ ਉਹ ਲੈ ਕੇ ਆ ਸਕਦਾ ਸੀ। ਲੇਕਿਨ ਜਿਹੜੀ ਗੱਲ ਮੈਂ ਆਖੀ ਹੈ ਕਿ ਕੇਵਲ ਸ਼ੀਤਲ ਨਿੰਗਰਾਲ ਜੀ ਨੇ ਹੀ ਇਹਨਾਂ ਨੂੰ ਜੱਗ ਜ਼ਾਹਰ ਨਹੀਂ ਕੀਤਾ, ਵਿਰੋਧੀ ਧਿਰ ਦੇ ਨੇਤਾ ਵਿਧਾਨ ਸਭਾ ਦੇ ਪ੍ਰਤਾਪ ਸਿੰਘ ਬਾਜਵਾ ਨੇ, ਉਹਨਾਂ ਨੇ ਪੱਤਰਕਾਰ ਸੰਮੇਲਨ 'ਚ ਸਾਰੀਆਂ ਫੋਟੋਆਂ ਵੀ ਜੱਗ ਜ਼ਾਹਰ ਕੀਤੀਆਂ ਨੇ, ਇਹਦੇ ਕੋਲ ਤਾਂ ਰਿਕਾਰਡਿੰਗਾਂ ਮੌਜੂਦ ਹੈ।
ਲੇਕਿਨ ਮਾਨਯੋਗ ਪ੍ਰਤਾਪ ਸਿੰਘ ਬਾਜਵਾ ਜੀ ਨੇ ਉਹ ਸਾਰੀਆਂ ਫੋਟੋਆਂ ਜੱਗ ਜਾਹਰਜ ਕੀਤੀਆਂ ਕਿ ਕਿਵੇਂ ਉਸ ਵਿਅਕਤੀ ਉਹਨਾਂ ਵਿਅਕਤੀਆਂ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਨਾਲ ਕੀ ਰਿਸ਼ਤਾ ਇਸਟੈਬਲਿਸ਼ ਉਹਨਾਂ ਨੇ ਕੀਤਾ ਹੈਗਾ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਵੀ ਬੜੇ ਵਧੀਆ ਤਰੀਕੇ ਦੇ ਨਾਲ ਇਸ ਗੱਲ ਨੂੰ ਤੱਥਾਂ ਦੇ ਆਧਾਰਿਤ ਲੋਕਾਂ ਦੀ ਕਚਹਿਰੀ 'ਚ ਪ੍ਰੈਸ ਦੇ ਸਾਹਮਣੇ ਪੇਸ਼ ਕੀਤਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਦਾ ਇਹਨਾਂ ਤੱਥਾਂ ਇਹਨਾਂ ਲੋਕਾਂ ਦੇ ਨਾਲ ਕੀ ਰਿਸ਼ਤਾ ਹੋ ਸਕਦਾ। ਉਸੇ ਤਰ੍ਹਾਂ ਸ਼ੀਤਲ ਉਂਗਰਾਲ ਜੀ ਨੇ ਜਿਹੜੇ ਕਿ ਸਾਡੇ ਉਮੀਦਵਾਰ ਨੇ, ਉਹਨਾਂ ਨੇ ਪੈਨ ਡਰਾਈਵ ਜਿਹੜੀ ਉਹਨਾਂ ਦੇ ਕੋਲ ਸੱਚਮੁੱਚ ਹੀ ਮੌਜੂਦ ਹੈ, ਜੇਕਰ ਉਹਨਾਂ ਨੂੰ ਸ਼ੱਕ ਹੈ ਤਾਂ ਉਹਨਾਂ ਨੂੰ ਕਲੀਅਰ ਕਰ ਲੈਣਾ ਚਾਹੀਦਾ ਸੀ, ਅਤੇ ਜੇ ਉਹ ਸੱਚੇ ਹੈ ਤਾਂ ਉਹਨਾਂ ਨੂੰ ਕੋਈ ਨਾ ਕੋਈ ਉੱਥੇ ਆ ਪਾਉਣਾ ਚਾਹੀਦਾ ਸੀ ਜਾਂ ਆਪਣਾ ਕੋਈ ਸਰਕਾਰ ਦਾ ਨੁਮਾਇੰਦਾ ਭੇਜਣਾ ਚਾਹੀਦਾ ਸੀ, ਤਾਂ ਲੋਕਾਂ ਦੇ ਸਾਹਮਣੇ ਕਚਹਿਰੀ ਜਾ ਕੇ ਪੇਸ਼ ਹੋ ਜਾਂਦੇ, ਉੱਥੇ ਮੌਕੇ 'ਤੇ ਚਲਾ ਕੇ ਵੇਖ ਲੈਂਦੇ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਉਸ ਵੇਲੇ ਹੋ ਜਾਂਦਾ। ਇਹ ਤਾਂ ਉਹਨਾਂ ਨੂੰ ਚਾਹੀਦਾ ਸੀ, ਉਹ ਮੈਦਾਨ ਛੱਡ ਕੇ ਕਿਉਂ ਭੱਜੇ ਹੈ? ਜੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਹੀਂ ਆ ਸਕਦੇ ਸੀ, ਕੋਈ ਹੋਰ ਵੀ ਆ ਸਕਦਾ ਸੀ, ਉੱਥੇ ਸਰਕਾਰ ਵੱਲੋਂ ਜਾਂ ਉਹਨਾਂ ਦੀ ਪਾਰਟੀ ਵੱਲੋਂ ਆ ਸਕਦਾ, ਲੇਕਿਨ ਕੋਈ ਵੀ ਨਹੀਂ ਆਇਆ। ਮੈਦਾਨ ਛੱਡ ਕੇ ਉਹ ਭੱਜੇ ਹੈ, ਸ਼ੀਤਲ ਉਂਗਰਾਲ ਜੀ ਨਹੀਂ ਭੱਜੇ। ਅਟਵਾਲ ਸਾਹਿਬ, ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਕਹਿਣਾ ਹੈ ਵੀ ਉਹ ਜਿਹੜੀ ਪੈਨ ਡਰਾਈਵ ਹੈ ਉਹ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਇੱਕ ਤਰੀਕਾ ਹੈ, ਮਤਦਾਤਾ ਨੂੰ ਬੇਵਕੂਫ ਬਣਾਉਣ ਦਾ ਇੱਕ ਤਰੀਕਾ ਹੈ, ਇੱਕ ਕਿਉਂਕਿ ਇਲੈਕਸ਼ਨ ਹੈਗੇ 10 ਤਰੀਕ ਨੂੰ, ਇੱਕ ਮਤਲਬ ਚੁਣਾਵੀ ਉਹ ਕਹਿੰਦੇ ਆ ਪੈਂਤਰਾ ਹੈਗਾ ਜਿਹੜਾ ਕਿ ਸ਼ੀਤਲ ਉਂਗਰਾਲ ਜੀ ਨੇ ਖੇਲਿਆ, ਉਸ 'ਚ ਕੋਈ ਸੱਚਾਈ ਨਹੀਂ ਹੈ। ਉਹਨਾਂ ਦਾ ਕਹਿਣਾ ਅਗਰ ਸੱਚਾਈ ਹੁੰਦੀ ਤਾਂ ਉਸੀ ਸਮੇਂ ਉਹ ਜਿਹੜੀ ਪੈਨ ਡਰਾਈਵ ਸੀ ਜਦੋਂ ਕੋਈ ਨਹੀਂ ਆਇਆ ਤਾਂ ਉੱਥੇ ਪੱਤਰਕਾਰ ਸਾਰੇ ਬੈਠੇ ਸੀ, ਲਗਭਗ ਵੱਖ ਵੱਖ ਚੈਨਲਾਂ ਦੇ ਪੱਤਰਕਾਰ ਬੈਠੇ ਸੀ, ਵੱਖ ਵੱਖ ਨਿਊਜ਼ ਪੇਪਰਾਂ ਦੇ ਪੱਤਰਕਾਰ ਬੈਠੇ ਸੀ, ਤਾਂ ਉਹਨਾਂ ਦੇ ਸਾਹਮਣੇ ਉਹ ਜਨਤਕ ਕਿਉਂ ਨਹੀਂ ਕੀਤੀ ਗਈ? ਮੈਂ ਪਹਿਲਾਂ ਵੀ ਦੱਸ ਕੇ ਹਟਿਆ, ਤੁਸੀਂ ਦੂਸਰੀ ਵਾਰ ਉਹੀ ਸਵਾਲ ਰਿਪੀਟ ਕਰ ਰਹੇ ਹੋ ਕਿ ਜਿਹੜੇ ਉਸ ਵੇਲੇ ਸਰਕਾਰ ਨੇ ਚੈਲੰਜ ਕੀਤਾ ਸੀ ਅਤੇ ਸ਼ੀਤਲ ਉਂਗਰਾਲ ਨੇ ਤਾਂ ਐਕਸੈਪਟ ਕੀਤਾ ਸੀ ਜੀ, ਇਹ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਚੈਲੰਜ ਕੀਤਾ ਸੀ, ਉਹਨਾਂ ਨੂੰ ਆ ਕੇ ਲੈਣੀ ਚਾਹੀਦੀ ਸੀ ਉਹ ਪੈਨ ਡਰਾਈਵ। ਉਹਨਾਂ ਨੇ ਚੈਲੰਜ ਇਹ ਕੀਤਾ ਸੀ ਵੀ ਜਦੋਂ ਉਹ ਹੈਗੇ ਆ ਤਾਂ ਦਿੱਤੇ ਜਾਣ, ਸਬੂਤ ਦਿੱਤੇ ਜਾਣ। ਬਿਲਕੁਲ, ਤਾਂ ਉਹਨਾਂ ਲੈਣਾ ਚਾਹੀਦਾ ਸੀ ਨਾ, ਫਿਰ ਉਹ ਆਪ ਸਰਕਾਰ ਦਾ DGP ਨੂੰ ਭੇਜ ਦਿੰਦੇ, ਸਰਕਾਰ ਦੇ ਕਿਸੇ ਅਫਸਰ ਨੂੰ ਭੇਜ ਦਿੰਦੇ, ਸਰਕਾਰ ਦੇ ਜ਼ਿਲ੍ਹੇ ਦੇ ਕਮਿਸ਼ਨਰ ਨੂੰ DC ਨੂੰ ਭੇਜ ਦਿੰਦੇ, ਕਿਸੇ ਨੂੰ ਤਾਂ ਭੇਜ ਦਿੰਦੇ ਵੀ ਇੰਨੇ ਵੱਡੇ ਇਲਜ਼ਾਮ ਤੁਸੀਂ ਲਾ ਰਹੇ ਹੋ, ਜਾਂ ਤਾਂ ਉਹਨਾਂ ਨੂੰ ਸਾਬਤ ਕਰੋ। ਅੱਛਾ ਅਟਵਾਲ ਜੀ, ਹੁਣ ਤੁਹਾਨੂੰ ਨਹੀਂ ਲੱਗਦਾ ਵੀ ਹੁਣ ਜਿਸ ਟਾਈਮ ਆਮ ਆਦਮੀ ਪਾਰਟੀ ਦੇ ਲੀਡਰ ਲਗਾਤਾਰ ਇਸ ਚੀਜ਼ ਦੀ ਡਿਮਾਂਡ ਕਰ ਰਹੇ ਨੇ ਵੀ ਹੁਣ ਕਿਉਂ ਨਾ ਆਪਾਂ ਉਹ ਜਿਹੜੀ ਪੈਨ ਡਰਾਈਵ, ਜਦੋਂ ਆਪਣੇ ਕੋਲ ਫੈਕਟਸ ਹੈਗੇ ਆ ਤਾਂ ਕਿਉਂ ਨਹੀਂ ਆਪਾਂ ਉਹਨਾਂ ਨੂੰ ਜਨਤਕ ਕਰ ਰਹੇ? ਸ਼ੀਤਲ ਉਂਗਰਾਲ ਜੀ, ਉਹ ਪੈਨ ਡਰਾਈਵ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਮੁਖੀ ਨੇ, ਪਰਿਵਾਰ ਦੇ ਮੁਖੀ ਨੇ, ਉਹਨਾਂ ਕੋਲ ਪਹੁੰਚਾਉਣਾ ਚਾਹੁੰਦੇ ਹੈ, ਅਤੇ ਮੇਰੇ ਖਿਆਲ ਨਾਲ ਇਹ ਤਾਂ ਸਰਕਾਰ ਨੂੰ ਆਪਣੀ, ਮੈਂ ਕਹਿੰਦਾ, ਫਰਾਕ ਦਿੱਲੀ ਦਿਖਾਉਣੀ ਚਾਹੀਦੀ ਹੈ ਜਾਂ ਆਪਣੀ ਸਾਫ਼ ਚਾਦਰ ਜੇ ਕਹਿੰਦੇ ਹੈ ਤਾਂ ਉਹਨਾਂ ਨੂੰ ਅੱਗੇ ਨਿੱਤਰ ਕੇ ਆਉਣਾ ਚਾਹੀਦਾ, ਉਹ ਭੇਜ ਦੇਣ ਕਿਸੇ ਨੂੰ, ਕੋਈ ਨੁਮਾਇੰਦਾ ਭੇਜ ਦੇਣ ਅਤੇ ਸ਼ੀਤਲ ਉਂਗਰਾਲ ਜੀ ਦੇ ਦੇਣਗੇ। ਸ਼ੀਤਲ ਉਂਗਰਾਲ ਜੀ ਭੱਜਦੇ ਤਾਂ ਨਹੀਂ, ਮੈਂ ਦੇਣੀ ਨਹੀਂ। ਜੇਕਰ ਸ਼ੀਤਲ ਉਂਗਰਾਲ ਜੀ ਜਵਾਬ ਦਿੰਦੇ ਹੈ ਕਿ ਜੀ ਮੈਂ ਦੇਣੀ ਨਹੀਂ, ਮੈਂ ਜੱਗ ਜਾਹਰ ਨਹੀਂ ਕਰਨੀ, ਮੈਂ ਚਲਾਉਣੀ ਨਹੀਂ, ਜੇ ਤਾਂ ਸ਼ੀਤਲ ਉਂਗਰਾਲ ਜੀ ਮਨਾ ਕਰਦੇ ਆ, ਨਾ ਕਰਦੇ, ਜਵਾਬ ਦਿੰਦੇ, ਫੇਰ ਦੱਸੋ, ਉਹ ਤਾਂ ਕਹਿਣ ਡਿੱਗ ਭਰਾਵਾਂ ਮੇਰੇ ਤੋਂ ਲੈ ਕੇ ਜਾਓ, ਆ ਕੇ ਤੁਸੀਂ ਲੈ ਲਓ, ਤੁਸੀਂ ਇਹਨੂੰ ਚਲਾ ਲਓ, ਵੇਖ ਲਓ। ਅਤੇ ਨਾਲ ਦੀ ਨਾਲ ਵਿਰੋਧੀ ਧਿਰ ਦੇ ਨੇਤਾ ਵਿਧਾਨ ਸਭਾ ਨੇ ਪ੍ਰਤਾਪ ਸਿੰਘ ਬਾਜਵਾ ਜੀ ਨੇ ਜਿਹੜੀ ਉਹਨਾਂ ਨੇ ਜੱਗ ਜਾਹਰ ਚੀਜ਼ਾਂ ਕਰ ਦਿੱਤੀਆਂ, ਉਹਨਾਂ ਨੂੰ ਕਿਵੇਂ ਲੁਕਾਇਆ ਜਾ ਸਕਦਾ? ਇਹ ਚੀਜ਼ਾਂ ਤਾਂ ਸਾਰੇ ਪਾਸਿਓਂ ਬਾਹਰ ਆ ਚੁੱਕੀਆਂ ਨੇ, ਇਹ ਤਾਂ ਹੁਣ ਨੱਠਣ ਵਾਲੀ ਗੱਲ ਹੈ। ਇਹ ਚੁਣਾਵੀ ਗੱਲਾਂ ਨਹੀਂ ਹੈ, ਇਹ ਉਹ ਗੱਲਾਂ ਨੇ ਜਿਨ੍ਹਾਂ ਤੋਂ ਆਮ ਪਾਰਟੀ ਦੀ ਸਰਕਾਰ ਭੱਜ ਨਹੀਂ ਸਕਦੀ, ਅਤੇ ਜੇਕਰ ਉਹ ਸੱਚ ਦੇ ਆਧਾਰ 'ਤੇ ਚੱਲਣਾ ਚਾਹੁੰਦੇ ਆ ਤਾਂ ਪੈਨ ਡਰਾਈਵ ਚਲਾ ਕੇ ਦੇਖ ਲੈਣ, ਇਲੈਕਸ਼ਨ ਤੋਂ ਪਹਿਲਾਂ ਹੀ ਦੇਖ ਲੈਣ, 1 ਘੰਟੇ 'ਚ ਹੀ ਵੇਖ ਲੈਣ, ਜੇ ਕੁਛ ਗਲਤ ਹੋਊਗਾ ਤਾਂ ਜੱਗ ਜ਼ਾਹਰ ਕਰ ਦੇਣ ਉਹ। ਚਲੋ ਠੀਕ ਹੈ, ਥੈਂਕ ਯੂ, ਧੰਨਵਾਦ ਜੀ। ਅਟਵਾਲ ਜੀ ਦਾ ਕਹਿਣਾ ਹੈ ਜਿਹੜੀ ਉਹ ਪੈਨ ਡਰਾਈਵ ਆ ਉਹ ਸ਼ੀਤਲ ਉਂਗਰਾਲ ਜੀ ਕੋਲ ਹੈਗੀ ਆ,
ਸਰਕਾਰ ਆਪਣਾ ਕੋਈ ਨੁਮਾਇੰਦਾ ਭੇਜ ਕੇ ਉਹ ਪੈਨ ਡਰਾਈਵ ਜਿਹੜੀ ਆ ਉਹ ਲਿਜਾ ਸਕਦੀ ਆ, ਔਰ ਉਸ 'ਚ ਜਿਹੜੀਆਂ ਗੱਲਾਂ ਹੈਗੀਆਂ ਜਾਂ ਤਾਂ ਉਸਦੇ ਉੱਤੇ ਕਾਰਵਾਈ ਕਰੇ, ਨਹੀਂ ਤਾਂ ਉਹ ਜਿਹੜੀਆਂ ਗੱਲਾਂ ਹੈਗੀਆਂ ਉਹਨਾਂ ਨੂੰ ਜਾਹਿਰ ਕੀਤਾ ਜਾ ਸਕਦਾ, ਲੋਕਾਂ ਨੂੰ ਦੱਸਿਆ ਜਾ ਸਕਦਾ ਵੀ ਸ਼ੀਤਲ ਉਂਗਰਾਲ ਜੀ ਜਿਹੜੀਆਂ ਗੱਲਾਂ ਕਹਿ ਰਹੇ ਆ ਉਹ ਤੱਥ ਜਿਹੜੇ ਆ ਪੈਨ ਡਰਾਈਵ 'ਚ ਨਹੀਂ ਹੈਗੇ। ਹੁਣ ਦੇਖਣਾ ਇਹ ਹੈ ਕਿ ਇਸ ਮਾਮਲੇ 'ਚ ਉੱਠ ਕਿਸ ਕਰਬਟ ਬੈਠਦਾ। ਮੈਂ ਦਿਨੇਸ਼ ਕੋਲ, ਕੈਮਰਾਮੈਨ ਸੁਮਿਤ ਦੇ ਨਾਲ, ਥੈਂਕਸ ਫੋਰ ਵਾਚਿੰਗ ਟੀਵੀ ਜਲੰਧਰ ਤੋਂ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।